ਕਿਸੇ ਨੂੰ ਬੁਲਾਉਣ ਦਾ ਕੋਈ ਗੱਲ ਕਰਨ ਦਾ ਕੋਈ ਤਰੀਕਾ ਹੁੰਦਾ। ਮੈਂ ਵੀ ਸੁਣੇ ਉਹਨਾਂ ਦੀ ਸ਼ਾਮ ਨੂੰ, ਮੈਨੂੰ ਰਾਤ ਨੂੰ ਵੀਡੀਓ ਦਿਖਾ ਰਹੇ ਸੀ ਜੋ ਕੁਛ ਭਲੇਰ ਸਾਹਿਬ ਬੋਲੇ ਆ ਜਾਂ ਬੱਲੇਵਾਲ ਸਾਹਿਬ ਬੋਲੇ ਆ। ਇਹੋ ਜਿਹਾ ਇੱਕ ਮੰਜ਼ਰ ਪਹਿਲਾਂ ਵੀ ਹੋਇਆ ਸੀਗਾ, 5-4 ਮਹੀਨੇ ਪਹਿਲਾਂ ਵੀ ਤੁਸੀਂ ਦੇਖਿਆ ਸੀਗਾ, ਲੁਧਿਆਣੇ ਦੇ ਅੰਦਰ ਹੋਇਆ ਸੀ। ਕਿਸਾਨੀ ਦਾ ਮੁੱਦਾ ਬਹੁਤ ਗੰਭੀਰ ਹੈ ਸਾਹਿਬ, ਇਹਨਾਂ ਦੇ ਐਵੇਂ ਉਹਨਾਂ ਨੇ ਉਹ ਪ੍ਰਭਾਵ ਬਣਾ ਕੇ ਆ, ਉਹਨਾਂ ਨੇ ਇਸ ਕਿਸਾਨੀ ਦੇ ਮੁੱਦੇ ਦਾ ਮਜ਼ਾਕ ਬਣਵਾ ਤਾ। ਪਰ ਕਿਸਾਨੀ ਦੇ ਮੁੱਦੇ ਨੂੰ ਇਹ ਰੋਲੋ ਨਾ ਸਾਹਿਬ, ਇਟ ਇਜ਼ ਟੂ ਸੀਰੀਅਸ ਇਸ਼ੂ ਟੂ ਬੀ ਟੇਕਨ ਐਂਡ ਡੈਲਟ ਇਨ ਸੱਚ ਅ ਕਵੇਲੀਅਰ ਮੈਨਰ। ਕਿਸਤੀ ਬੱਧਾਂ ਸਾਹਿਬ ਕਿਸਾਨੀ ਵਾਸਤੇ, ਮੈਂ ਕੋਈ ਕਿਸਾਨਾਂ ਦੇ ਅਹਿਸਾਨ ਨਹੀਂ ਕਰ ਰਿਹਾ, ਮੈਂ ਪਹਿਲਾਂ ਕਿਸਾਨ ਹਾਂ, ਬਾਅਦ 'ਚ ਕੋਈ ਹੋਰ ਹਾਂ ਲੀਡਰ ਜਾਂ ਕੁਛ ਕਿਸੇ ਪਾਰਟੀ ਨਾਲ ਜੁੜਿਆ, ਪਹਿਲਾਂ ਮੈਂ ਕਿਸਾਨ ਹਾਂ। ਅੱਜ ਮੈਂ ਜੋ ਕੁਛ ਹਾਂ, ਮੈਂ ਅਸੀਂ ਖੇਤੀਬਾੜੀ ਪਿਛੋਕੜ 'ਚੋਂ ਆਏ ਹਾਂ, ਅਤੇ ਇਸ ਕਰਕੇ ਠੀਕ ਹੈ ਸਾਹਿਬ ਵਿਰੋਧ ਕਰ ਰਿਹਾ, ਮੈਂ ਆਪਣੇ ਖਦਸੇ ਜਿਹੜੇ ਆ। ਇੱਕ ਸੈਕਿੰਡ ਸਾਹਿਬ, ਦੇਖੋ ਕਿਸੇ ਨੂੰ ਬੁਲਾਉਣ ਦਾ ਕੋਈ ਗੱਲ ਕਰਨ ਦਾ ਕੋਈ ਤਰੀਕਾ ਹੁੰਦਾ। ਮੈਂ ਵੀ ਸੁਣੇ ਉਹਨਾਂ ਦੀ ਸ਼ਾਮ ਨੂੰ, ਮੈਨੂੰ ਰਾਤ ਨੂੰ ਵੀਡੀਓ ਦਿਖਾ ਰਹੇ ਸੀ ਜੋ ਕੁਛ ਭਲੇਰ ਸਾਹਿਬ ਬੋਲੇ ਆ ਜਾਂ ਬੱਲੇਵਾਲ ਸਾਹਿਬ ਬੋਲੇ ਆ। ਉਹ ਬੋਲਣਾ ਲੋਕਤੰਤਰ 'ਚ ਸਭ ਦਾ ਹੱਕ ਹੈ, ਪਰ ਉਹ ਜਦੋਂ ਮੈਨੂੰ ਉਹ ਵੀਡੀਓ ਮੈਂ ਦੇਖੀ ਅਤੇ ਅਖਬਾਰਾਂ 'ਚ ਜਿਸ ਤਰ੍ਹਾਂ ਅੱਜ ਫੋਟੋਆਂ ਲੱਗੀਆਂ, ਮੈਨੂੰ ਸਭ ਤੋਂ ਪਹਿਲਾਂ ਤੁਹਾਡੇ ਵੀ ਦਿਮਾਗ 'ਚ ਕੀ ਆਇਆ ਜਦੋਂ ਤੁਸੀਂ ਫੋਟੋਆਂ ਦੇਖੀਆਂ ਉੱਥੇ ਕੁਰਸੀਆਂ 'ਤੇ? ਇਹੋ ਜਿਹਾ ਇੱਕ ਮੰਜ਼ਰ ਪਹਿਲਾਂ ਵੀ ਹੋਇਆ ਸੀਗਾ, 5-4 ਮਹੀਨੇ ਪਹਿਲਾਂ ਵੀ ਤੁਸੀਂ ਦੇਖਿਆ ਸੀਗਾ, ਲੁਧਿਆਣੇ ਦੇ ਅੰਦਰ ਹੋਇਆ ਸੀ। ਹਾਂਜੀ, ਇਸ਼ੂ ਕੀ ਸੀਗਾ? SYL ਦਾ ਇਸ਼ੂ ਸੀਗਾ। SYL ਇਸ਼ੂ ਦੇ ਉੱਤੇ ਭਗਵੰਤ ਮਾਨ ਜੀ ਨੇ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਗੋਡੇ ਟੇਕੇ, ਪੰਜਾਬ ਦੇ ਪਾਣੀਆਂ ਦੇ ਉੱਤੇ ਉੱਥੇ ਬਿਆਨ ਕੁਛ ਹੋਰ ਦੇ ਕੇ ਆਏ, ਕਹਿੰਦੇ ਮੈਂ ਜਾ ਕੇ ਬਾਜਰਾ ਬਿਜਾ ਦੂੰਗਾ ਜੀ, ਤੁਸੀਂ ਆ ਰੱਦ ਕਰ ਦਿਓ ਜੀ, ਕੋਈ ਮਾਪਿਆ ਬਣਾ ਦੂੰਗਾ ਜੀ। ਉਹਨਾਂ ਨੇ ਕਿਹਾ ਉਹ ਸੀਗੇ ਵੀ ਨਾ ਤਾਂ ਅਪੋਜੀਸ਼ਨ ਮੈਨੂੰ ਬਣਾਉਣ ਦੇ ਰਹੀ, ਨਾ ਹੀ ਇਹ ਕਿਸਾਨ ਬਣਾਉਣ ਦੇ ਰਹੇ, ਅਤੇ ਮੈਂ ਬਣਾ ਦੂੰਗਾ, ਤੁਸੀਂ ਸਾਨੂੰ ਬਾਜਰੇ ਦਾ ਦੇ ਦਿਓ। ਉਹਦੇ ਬਾਅਦ ਇੱਕ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਸੀ, ਉਹਨਾਂ ਨੇ ਉਹਦਾ ਇੱਕ ਈਵੈਂਟ ਬਣਾ ਤਾ, ਇੱਕ ਥੀਏਟਰ ਈਵੈਂਟ ਬਣਾ ਤਾ, ਕਿਉਂਕਿ ਉਹਨਾਂ ਦਾ ਕਸੂਰ ਨਹੀਂ ਭਗਵੰਤ ਮਾਨ ਜੀ ਦਾ, ਉਹਨਾਂ ਦਾ ਜੇ ਪਿਛੋਕੜ ਹੈ। ਮੈਂ ਹੁਣ ਕਿਸਾਨ ਹਾਂ ਤਾਂ ਕਿਸਾਨੀ ਦੀ ਗੱਲ ਕਰੂੰਗਾ ਸਾਹਿਬ। ਉਹ ਕਲਾਕਾਰ ਹੈ ਜਾਂ ਜੋ ਕੁਛ ਵੀ ਉਹ ਡਰਾਮੇ ਕਰਦੇ ਸੀ, ਨਾਟਕ ਕਰਦੇ ਸੀਗੇ, ਉਹਨਾਂ ਨੇ ਨਾਟਕ ਕਰਤਾ ਸਾਹਿਬ। ਇਸ ਕਰਕੇ ਆਹ ਜਿਹੜਾ ਕੰਮ ਹੈ, ਇੱਕ ਐਡੇ ਗੰਭੀਰ ਮੁੱਦੇ ਨੂੰ ਨਾਟਕ ਬਣਾਉਣ ਦਾ ਕੰਮ, SYL ਵਰਗੇ ਮੁੱਦੇ ਨੂੰ ਭਗਵੰਤ ਮਾਨ ਜੀ ਨੂੰ ਸ਼ੋਭਾ ਦਿੰਦਾ। ਕਿਸਾਨੀ ਦਾ ਮੁੱਦਾ ਬਹੁਤ ਗੰਭੀਰ ਹੈ ਸਾਹਿਬ, ਇਹਨਾਂ ਦੇ ਐਵੇਂ ਉਹਨਾਂ ਨੇ ਉਹ ਪ੍ਰਭਾਵ ਬਣਾ ਕੇ ਆ, ਉਹਨਾਂ ਨੇ ਇਸ ਕਿਸਾਨੀ ਦੇ ਮੁੱਦੇ ਦਾ ਮਜ਼ਾਕ ਬਣਵਾ ਤਾ। ਮੇਰੀ ਇਸ ਕਰਕੇ ਯੂਨੀਅਨਸ ਨੂੰ ਬੇਨਤੀ ਹੈ, ਸਾਡੀ ਮੁਖਾਲਫਤ ਕਰਨੀ ਹੈ, ਕਿਹਨੂੰ ਕੀ ਕਰਨਾ ਕਰੋ, ਪਰ ਕਿਸਾਨੀ ਦੇ ਮੁੱਦੇ ਨੂੰ ਇਹ ਰੋਲੋ ਨਾ ਸਾਹਿਬ, ਇਟ ਇਜ਼ ਟੂ ਸੀਰੀਅਸ ਇਸ਼ੂ ਟੂ ਬੀ ਟੇਕਨ ਐਂਡ ਡੈਲਟ ਇਨ ਸੱਚ ਅ ਕਵੇਲੀਅਰ ਮੈਨਰ। ਆਈ ਐਮ ਕਮਿਟਿਡ ਟੂ ਦਾ ਕੋਜ਼ ਆਫ ਫਾਰਮਰ, ਆਈ ਐਮ ਨਾਟ ਆਨਸਰਿੰਗ ਟੂ ਐਨੀਬਡੀ ਸਾਹਿਬ। ਕੋਈ ਆਪਣਾ, ਹਰੇਕ ਦਾ ਆਪਣਾ ਵਿਚਾਰ ਹੈ, ਮੇਰੇ ਬਰਾਬਰ ਬੈਠੇ ਹੋ ਸਕਦਾ, ਮੇਰੇ ਸਾਰੇ ਵਿਚਾਰ ਰੂਪਾਨੀ ਜੀ ਦੇ ਆਪਣਾ ਸੋਚ ਦੇ ਨਜ਼ਰੀਆ, ਇੱਧਰ ਰਾਜਵੀਰ ਹੋਰਾਂ ਦਾ ਆਡਰ ਨਜ਼ਰੀਆ ਕਿਸੇ ਦਾ ਵੀ ਹੋ ਸਕਦਾ। ਤੁਹਾਡੇ ਲਈ ਲੈ ਕੇ ਆ ਰਿਹਾ ਹੈ ਆਵਾਜ਼ ਆਵਾਮ ਦੀ, ਜਿਸ ਰਾਹੀਂ ਤੁਸੀਂ ਆਪਣੇ ਹੱਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕਦੇ ਹੋ। ਬੇਖੌਫ, ਬੇਝਿਜਕ, ਬੇਡਰ, ਤੁਹਾਡੇ ਹੱਕਾਂ ਦੀ ਰਾਖੀ ਲਈ ਹਰ ਪਲ ਹਰ ਵਕਤ ਤੁਹਾਡੇ ਨਾਲ ਹੈ ਪੰਜਾਬ ਦਾ ਬੇਤੜਕ ਨਿਤੜਕ ਇੱਕ ਨਿਊਜ਼ ਚੈਨਲ, ਤਹਿਲਕਾ ਨਿਊਜ਼। ਤਹਿਲਕਾ ਨਿਊਜ਼। ਤਹਿਲਕਾ ਨਿਊਜ਼।